ਹਾਂਜੀ ਸਟੂਡੈਂਟਸ, ਅੱਜ ਆਪਾਂ ਅਭਿਆਸ 7 ਦੇ ਜਿਹੜੇ ਸਵਾਲ ਨੇ, ਜ਼ਰੂਰੀ ਸਵਾਲ, ਉਹਨਾਂ ਨੂੰ ਰਿਵਾਈਜ਼ ਕਰਾਂਗੇ। 7ਵੇਂ ਅਭਿਆਸ ਦੇ ਵਿੱਚੋਂ ਤੁਹਾਨੂੰ ਕੁੱਲ 5 ਅੰਕਾਂ ਦਾ ਪੇਪਰ ਆਉਣਾ ਹੈਗਾ, ਜਿਹਦੇ 'ਚ ਇੱਕ ਸਵਾਲ 1 ਨੰਬਰ ਦਾ ਅਤੇ ਇੱਕ ਸਵਾਲ 4-4 ਨੰਬਰ ਦਾ ਹੋਊਗਾ। ਸੋ ਪਹਿਲਾਂ ਦੇਖਦੇ ਹਾਂ ਆਪਾਂ 1-1 ਅੰਕ ਵਾਲੇ ਸਵਾਲ। ਸੋ 1-1 ਅੰਕਾਂ ਵਾਲੇ ਸਵਾਲਾਂ ਦੇ ਵਿੱਚ ਆਪਾਂ ਨੂੰ ਜਿਹੜੇ ਉਹਦੇ ਸੂਤਰ ਨੇ, ਫਾਰਮੂਲੇ ਨੇਗੇ ਇਸ ਅਭਿਆਸ ਦੇ, ਉਹ ਵੀ ਪੁੱਛੇ ਜਾ ਸਕਦੇ ਨੇ। ਜਿਵੇਂ ਸਾਨੂੰ ਦੂਰੀ ਸੂਤਰ ਲਿਖਣ ਵਾਸਤੇ ਕਿਹਾ ਜਾ ਸਕਦਾ ਹੈਗਾ। ਸੋ ਦੂਰੀ ਸੂਤਰ ਦਾ ਫਾਰਮੂਲਾ ਇਹ ਹੈਗਾ, x2 - x1 ਸਕੁਆਇਰ ਪਲੱਸ y2 - y1 ਸਕੁਆਇਰ ਵਰਗਮੂਲ ਦੇ ਵਿੱਚ। ਫਿਰ ਸਾਨੂੰ ਵਿਭਾਜਨ ਸੂਤਰ ਪਤਾ ਹੋਣਾ ਚਾਹੀਦਾ, ਇਹ ਵੀ ਲਿਖਣ ਵਾਸਤੇ ਕਿਹਾ ਜਾ ਸਕਦਾ, m1 + m2। ਥੱਲੇ ਵੀ m1 ਅਤੇ m2 ਲਿਖ ਲਓ, ਇੱਧਰ ਵੀ m1 m2, ਇੱਥੇ ਵੀ m1 m2 ਲਿਖ ਲਓ, ਅਤੇ ਇੱਧਰਲੇ ਪਾਸੇ ਫਿਰ ਉੱਪਰ ਤੁਸੀਂ ਕੀ ਕਰਨਾ, x2 x1 ਕਰ ਦਿਓ, ਇੱਧਰ y2 y1 ਕਰ ਦਿਓ। ਜਿੱਥੇ 1 ਆ ਉੱਥੇ 2 ਲਿਖਣਾ, ਜਿੱਥੇ 2 ਆ ਉਹਦੇ ਨਾਲ 1 ਲਿਖਣਾ। ਤੀਸਰਾ ਜਿਹੜਾ ਸਵਾਲ ਹੈਗਾ ਉਹਦੇ 'ਚ ਸਾਨੂੰ ਪੁੱਛਿਆ ਜਾ ਸਕਦਾ ਹੈਗਾ ਇੱਕ ਬਿੰਦੂ ਦੇ ਕੇ xy, ਕਿ ਉਸਦੀ ਮੂਲ ਬਿੰਦੂ ਤੋਂ ਦੂਰੀ ਕਿੰਨੀ ਹੋਊਗੀ। ਤਾਂ ਮੂਲ ਬਿੰਦੂ ਤੋਂ ਜੇ ਦੂਰੀ ਕੱਢਣੀ ਹੋਊਗੀ, ਤਾਂ ਕੋਈ ਵੀ ਬਿੰਦੂ ਹੋਵੇ, ਜੇ ਉਹਦੀ ਮੂਲ ਬਿੰਦੂ ਤੋਂ ਦੂਰੀ ਕੱਢਣੀ ਆ, ਤਾਂ ਉਹਦੇ ਨਿਰਦੇਸ਼ ਅੰਕਾਂ ਦਾ ਵਰਗ ਕਰਕੇ ਜੋੜ ਕਰ ਦੇਣਾ ਗਾ, ਉਹਨਾਂ ਦੀ ਪਾਵਰ 2 ਕਰਕੇ ਜੋੜ ਕਰ ਦੇਣਾ, ਉੱਤੇ ਵਰਗਮੂਲ ਪਾ ਦੇਣਾ। ਜਿਵੇਂ ਇੱਥੇ ਸੀਗਾ ਬਿੰਦੂ ਐਕਸ ਅਤੇ ਵਾਈ, ਤਾਂ ਆਪਾਂ ਕੀ ਕੀਤਾ, ਐਕਸ ਦੀ ਪਾਵਰ 2 ਕਰਤੀ ਪਲੱਸ ਵਾਈ ਦੀ ਪਾਵਰ 2 ਕਰਤੀ ਅਤੇ ਵਰਗਮੂਲ ਪਾਤਾ। ਚੌਥਾ ਸਵਾਲ ਹੋ ਸਕਦਾ ਗਾ ਮੱਧ ਬਿੰਦੂ ਦੇ ਨਿਰਦੇਸ਼ ਅੰਕ ਲਿਖਣੇ। ਸੋ ਮੱਧ ਬਿੰਦੂ ਦੇ ਨਿਰਦੇਸ਼ ਅੰਕ ਕੀ ਹੁੰਦੇ ਨੇ, ਐਕਸ ਵਾਲੇ ਨਿਰਦੇਸ਼ ਅੰਕਾਂ ਨੂੰ ਜੋੜ ਕੇ ਬਟੇ 2 ਕਰ ਦਿਉ, ਅਤੇ ਵਾਈ ਵਾਲੇ ਨਿਰਦੇਸ਼ ਅੰਕਾਂ ਨੂੰ ਜੋੜ ਕੇ ਬਟੇ 2 ਕਰ ਦਿਉ। x1 + x2 / 2 y1 + y2 / 2। ਪੰਜਵਾਂ ਸਵਾਲ, ਸਾਨੂੰ ਕੋਈ ਦੋ ਬਿੰਦੂ ਦੇ ਕੇ ਉਹਨਾਂ ਦੀ ਦੂਰੀ ਕੱਢਣ ਵਾਸਤੇ ਕਿਹਾ ਜਾ ਸਕਦਾ ਗਾ। ਸੋ ਹੁਣ ਅਸੀਂ ਜਿਹੜਾ ਪਹਿਲੇ ਸਵਾਲ 'ਚ ਸੂਤਰ ਪੜ੍ਹਿਆ ਸੀ ਉਹਦਾ ਇਸਤੇਮਾਲ ਕਰਾਂਗੇ ਇੱਥੇ। ਸੋ ਸਾਨੂੰ ਬਿੰਦੂ ਦਿੱਤੇ ਹੋਏ ਨੇਗੇ -5 - 7 ਅਤੇ -1 - 3, ਇਹਨਾਂ ਦੇ ਵਿਚਕਾਰਲੀ ਦੂਰੀ ਕੱਢਣੀ ਹੈਗੀ। ਸੋ ਇਹ ਜਿਹੜਾ ਐਕਸ ਵਾਲਾ ਪਦ ਹੈ ਸਾਡਾ x1 ਹੈ, ਇਹ ਵਾਈ ਵਾਲਾ ਪਦ ਸਾਡਾ y1 ਹੈ, ਇੱਧਰ ਐਕਸ ਵਾਲਾ ਜਿਹੜਾ ਪਦ ਹੈ ਉਹ x2 ਹੈ, ਅਤੇ ਆ ਵਾਈ ਵਾਲਾ ਜਿਹੜਾ ਉਹ y2 ਹੈ। ਇਹ ਅਸੀਂ ਲਿਖ ਲੈਣੇ ਨੇ x1 y1 x2 y2। ਹੁਣ ਦੂਰੀ ਕੱਢਣੀ ਹੈ, ਦੂਰੀ ਸੂਤਰ ਲਾਵਾਂਗੇ ਇੱਥੇ x2 - x1 / 2, ਤਾਂ ਅਸੀਂ x2 - 1 - x1 ਕਿੰਨਾ ਹੈ, -5 / 2। ਅਗਲਾ ਹੈ y2 - y1 / 2, y2 ਹੈ 3, y1 ਉਹ ਹੈ 7, ਸੋ ਪਾਵਰ 2। ਇਸ ਨੂੰ ਹੱਲ ਕੀਤਾ, ਏ ਮਾਈਨਸ ਅਤੇ ਜਿਹੜੀ ਏ ਮਾਈਨਸ ਹੈ ਉਹ ਪਲੱਸ ਹੋ ਜਾਣਗੇ, ਸਾਡੇ ਕੋਲ -1 + 5 / 2 ਆ ਗਿਆ, ਇੱਧਰ 3 ਦੇ ਵਿੱਚੋਂ 7 ਘਟਾ ਕੇ -4 ਆ ਗਿਆ ਪਾਵਰ 2। ਸੋ ਇਹ ਵੀ 4 ਬਚ ਗਿਆ ਇੱਥੇ। ਸੋ 4 ਦੀ ਪਾਵਰ 2 ਪਲੱਸ -4 ਦੀ ਪਾਵਰ 2, ਇਹ 16 ਅਤੇ 16 ਆ ਜਾਣਗੇ, ਸੋ ਇਹ ਬਣ ਗਿਆ 32। ਫਿਰ ਅਸੀਂ ਦੇਖਦੇ ਹਾਂ ਕਿ 16 × 32 ਹੁੰਦਾ ਹੈਗਾ, ਤਾਂ 16 ਦਾ ਵਰਗਮੂਲ 4 ਬਾਹਰ ਆ ਗਿਆ, 2 ਅੰਦਰ ਰਹਿ ਗਿਆ। ਸੋ ਦੂਰੀ ਕੀ ਆ ਗਈ, 4 ਵਰਗਮੂਲ 2 ਇਕਾਈਆਂ, ਇਹ ਇਕਾਈਆਂ ਸ਼ਬਦ ਨਾਲ ਅਸੀਂ ਲਿਖਣਾ, ਕਿਉਂਕਿ ਇੱਥੇ ਸਾਨੂੰ ਕੋਈ ਇਕਾਈ ਨਹੀਂ ਦਿੱਤੀ ਹੋਈ, ਤਾਂ ਅਸੀਂ ਇਕਾਈਆਂ ਪਾ ਦੇਣਾ ਹੈਗਾ। ਇਸ ਤੋਂ ਅੱਗੇ ਹੋ
ਹੋਰ ਸਵਾਲ ਜਿਹੜਾ ਹੋ ਸਕਦਾ ਹੈਗਾ ਉਹ ਹੈ ਕਿ ਸਾਨੂੰ ਦੋ ਬਿੰਦੂ ਦਿੱਤੇ ਜਾਣਗੇ, ਉਹਨਾਂ ਦਾ ਮੱਧ ਬਿੰਦੂ ਪਤਾ ਕਰਨ ਵਾਸਤੇ ਕਿਹਾ ਜਾਊਗਾ, ਉਹਦੇ ਨਿਰਦੇਸ਼ ਅੰਕ ਲੱਭਣ ਨੂੰ ਕਿਹਾ ਜਾਊਗਾ। ਜਿਵੇਂ ਇਹ ਜਿਹੜੇ ਟੈਸਟ ਹੋਏ ਸੀ ਆਪਣੇ ਵੀਕਲੀ, ਉਹਨਾਂ ਦੇ ਵਿੱਚ ਵੀ ਸਵਾਲ ਆਇਆ ਸੀਗਾ ਕਿ ਪੀ ਬਿੰਦੂ ਹੈ -4, 6, ਕਿਊ ਬਿੰਦੂ ਹੈ -4, -6, ਇਸ ਨੂੰ ਮਿਲਾਉਣ ਵਾਲੇ ਰੇਖਾ ਖੰਡ ਦੇ ਮੱਧ ਬਿੰਦੂ ਦੇ ਨਿਰਦੇਸ਼ ਅੰਕ ਪਤਾ ਕਰੋ। ਤਾਂ ਦੋ ਬਿੰਦੂ ਅਸੀਂ ਲਿਖ ਲਏ ਜੀ, ਪੀ ਅਤੇ ਕਿਊ। ਉਵੇਂ ਜਿਵੇਂ ਅਸੀਂ X1 ਅਤੇ X2 ਲਿਖਾਂਗੇ, Y1 Y2 ਲਿਖਾਂਗੇ, ਜਿਵੇਂ ਪਹਿਲਾਂ ਲਿਖਿਆ ਸੀ, ਇਹ ਸਾਡਾ X1 ਹੈ, ਇਹ ਸਾਡਾ Y1 ਹੈ, ਇੱਧਰ ਇਹ ਸਾਡਾ X2 ਹੈ, ਇਹ Y2। ਮੱਧ ਬਿੰਦੂ ਦੇ ਨਿਰਦੇਸ਼ ਅੰਕ ਹੁੰਦੇ ਨੇ X1 + X2/2, Y1 + Y2/2, ਯਾਨੀ ਕਿ ਐਕਸ ਵਾਲਿਆਂ ਨੂੰ ਜੋੜ ਕੇ ਬਟੇ 2 ਕਰਨਾ ਹੈ, ਵਾਈ ਵਾਲਿਆਂ ਨੂੰ ਜੋੜ ਕੇ ਬਟੇ 2 ਕਰਨਾ ਹੈ। ਤਾਂ ਅਸੀਂ ਐਕਸ ਵਾਲੇ ਜਿੰਨੇ ਪਦ ਸੀਗੇ -4 ਅਤੇ 4 ਜੋੜ ਲਿਆ, ਵਾਈ ਵਾਲੇ ਜਿਹੜੇ ਪਦ ਸੀਗੇ 6 ਅਤੇ -6 ਨੂੰ ਜੋੜ ਲਿਆ, ਬਟੇ 2-2 ਕਰਤਾ। ਮਾਈਨਸ ਅਤੇ ਪਲੱਸ ਨੇ, ਇਸ ਕਰਕੇ ਇਹਨਾਂ ਨੂੰ ਜੋੜ ਕੇ ਜਵਾਬ 0-0 ਆ ਗਿਆ। ਸੋ ਜਿਹੜਾ ਮੱਧ ਬਿੰਦੂ ਸੀਗਾ ਉਹਦੇ ਨਿਰਦੇਸ਼ ਅੰਕ ਆ ਗਏ 0-0। ਤਾਂ ਇੱਥੇ ਤੁਸੀਂ ਇਹ ਨੋਟ ਕਰ ਲਓ ਕਿ ਇਹ ਵੀ ਸਾਨੂੰ ਪੁੱਛ ਸਕਦੇ ਨੇਗੇ, ਮੂਲ ਬਿੰਦੂ ਦੇ ਨਿਰਦੇਸ਼ ਅੰਕ ਨੇ ਜਿਹੜੇ ਉਹ ਵੀ 0-0 ਹੁੰਦੇ ਨੇ। ਸੋ ਕਈ ਵਾਰ ਸਾਨੂੰ ਆਪਸ਼ਨ ਦੇ ਵਿੱਚ ਆ ਸਕਦਾ ਹੈਗਾ ਕਿ ਮੂਲ ਬਿੰਦੂ ਦੇ ਨਿਰਦੇਸ਼ ਅੰਕ ਕੀ ਹੁੰਦੇ ਹਨ, ਤਾਂ ਉਹਦੇ 4 ਆਪਸ਼ਨਾਂ 'ਚੋਂ ਇੱਕ ਆਪਸ਼ਨ ਇਹ ਹੋਊਗਾ, ਤਾਂ ਮੂਲ ਬਿੰਦੂ ਦੇ ਨਿਰਦੇਸ਼ ਅੰਕ ਨੇ ਜਿਹੜੇ ਉਹ ਇਹ ਹੋਣਗੇ। ਫਿਰ ਅੱਗੇ ਹੋਰ ਸਵਾਲ ਹੋ ਸਕਦਾ ਹੈ, ਤ੍ਰਿਭੁਜ ਦਾ ਖੇਤਰਫਲ ਪਤਾ ਕਰਨਾ। ਸੋ ਬਿੰਦੂਆਂ ਏ ਬੀ ਸੀ ਨਾਲ ਬਣਨ ਵਾਲੀ ਤ੍ਰਿਭੁਜ ਏ ਬੀ ਸੀ ਦਾ ਖੇਤਰਫਲ ਪਤਾ ਕਰੋ। ਤਾਂ ਪਹਿਲਾਂ ਅਸੀਂ ਬਿੰਦੂ ਲਿਖ ਲੈਣੇ ਨੇਗੇ, ਇਹਦੇ ਵਿੱਚੋਂ ਜਿਹੜੇ ਇਹਦੇ ਪਹਿਲੇ ਪਹਿਲੇ ਪਦ ਨੇਗੇ ਉਹ ਕੀ ਨੇ, ਐਕਸ ਵਾਲੇ ਪਦ ਨੇ, ਤਾਂ ਉਹ ਹੋਣਗੇ X1, X2, X3, ਤਿੰਨਾਂ ਦੇ ਲਿਖ ਲਏ, 1, -4, -3। ਦੂਸਰੇ ਜਿਹੜੇ ਪਦ ਨੇ ਉਹ ਹੈਗੇ ਨੇ ਵਾਈ ਦੇ, ਤਾਂ ਇਹ ਕੀ ਹੋ ਜਾਣਗੇ ਸਾਡੇ Y1, Y2, Y3, ਉਹ ਲਿਖ ਲਏ ਅਸੀਂ -1, 6, -5। ਹੁਣ ਇਹ ਸਵਾਲ ਵੈਸੇ ਦੇਖਣ ਨੂੰ ਤੁਹਾਨੂੰ ਵੱਡਾ ਲੱਗ ਰਿਹਾ ਹੈਗਾ ਕਿਉਂਕਿ ਇਹ 'ਚ ਇਕੱਲਾ ਇਕੱਲਾ ਸਟੈਪ ਹੱਲ ਕੀਤਾ ਹੋਇਆ ਹੈਗਾ, ਅਦਰਵਾਈਜ਼ ਇਹ ਕੋਈ ਜ਼ਿਆਦਾ ਲੈਂਥੀ ਸਵਾਲ ਨਹੀਂ ਹੈ ਅਗਰ ਤੁਹਾਨੂੰ ਚੰਗੀ ਤਰ੍ਹਾਂ ਆਉਂਦਾ। ਸੋ ਤ੍ਰਿਭੁਜ ਦੇ ਖੇਤਰਫਲ ਦਾ ਸੂਤਰ ਲਿਖਣਾ ਅਤੇ ਉਹਨੂੰ ਯਾਦ ਰੱਖਣ ਦਾ ਤਰੀਕਾ ਬੜਾ ਸੌਖਾ ਹੈਗਾ। 1/2 ਤਾਂ ਲਾਉਣੇ ਹੀ ਹੁੰਦੇ ਹਾਂ ਅਸੀਂ ਤ੍ਰਿਭੁਜ ਦੇ ਖੇਤਰ ਦੇ ਵਿੱਚ, ਖੇਤਰਫਲ ਦੇ ਵਿੱਚ। ਅੱਗੇ ਕੀ ਕਰਨਾ ਤੁਸੀਂ, ਪਹਿਲਾਂ ਤੁਸੀਂ X1, X2, X3, ਮੈਂ ਤੁਹਾਨੂੰ ਇੱਥੇ ਲਿਖ ਕੇ ਦਿਖਾਉਣਾ ਇਹ, ਤਾਂ ਤੁਸੀਂ 1/2 ਤਾਂ ਲਾ ਹੀ ਲੈਣਾ ਹੈਗਾ। ਫਿਰ ਕੀ ਕਰਨਾ, X1 ਵਾਲੇ ਸਾਰੇ ਲਿਖ ਲੈਣੇ ਨੇ ਇਸ ਤਰੀਕੇ ਨਾਲ ਬ੍ਰੈਕਟ ਬੰਦ ਕਰਕੇ, ਜਿੰਨੇ ਵੀ X ਵਾਲੇ ਪਦ ਨੇ ਉਹ ਸਾਰੇ ਲਿਖ ਲੈਣੇ ਨੇ। ਹਾਂਜੀ, 1/2 ਪਾ ਕੇ ਪਹਿਲਾਂ ਸਾਰੇ ਲਿਖ ਲਏ, X1, X2, X3। ਫਿਰ ਕੀ ਕਰਨਾ ਹੈਗਾ, ਹੁਣ ਆਪਾਂ ਵਾਈ ਵਾਲੇ ਲਿਖਣੇ ਨੇ ਬ੍ਰੈਕਟ ਦੇ ਵਿੱਚ, ਸਾਰੀਆਂ ਬ੍ਰੈਕਟਾਂ 'ਚ ਵਾਈ ਵਾਲੇ ਲਿਖਣੇ ਨੇ। ਲਿਖਣੇ ਕਿਵੇਂ ਨੇ, ਦੇਖੋ ਉਰੇ 1 ਆ ਗਿਆ, ਤਾਂ ਅੱਗੇ ਕੀ ਆਊਗਾ, 2, ਤਾਂ Y2 - 2 ਆ ਗਿਆ, ਅੱਗੇ ਕੀ ਆਊਗਾ, 3। ਹੁਣ ਇੱਥੇ 2 ਹੈ ਪਹਿਲਾਂ ਹੀ, ਤਾਂ ਅੱਗੇ ਕੀ ਆਉਣਾ, 3। ਹੁਣ ਆਪਣੇ ਕੋਲ ਤਾਂ 3 ਹੀ ਨੇਗੇ, 3 ਤੋਂ ਬਾਅਦ ਦੁਬਾਰਾ ਫਿਰ 1 ਆ ਜਾਊਗਾ, ਫਿਰ ਰਿਪੀਟ। ਸੋ Y3, Y1, ਅੱਗੇ 3 ਆ ਗਿਆ, ਤਾਂ ਹੁਣ ਖਤਮ ਹੋ ਗਈ ਸੀਰੀਜ਼, ਦੁਬਾਰਾ ਫਿਰ ਸ਼ੁਰੂ ਹੋਊਗਾ 1 ਤੋਂ, ਤਾਂ Y1, ਅੱਗੇ ਕੀ ਆਊਗਾ, 2। ਤਾਂ ਇਸ ਤਰੀਕੇ ਨਾਲ ਤੁਸੀਂ ਇਹਨੂੰ ਫਾਰਮੂਲੇ ਨੂੰ ਯਾਦ ਰੱਖ ਸਕਦੇ ਹੋਗੇ, ਪਹਿਲਾਂ ਸਾਰੇ ਐਕਸ ਵਾਲੇ ਲਿਖ ਲਿਓ, ਫਿਰ ਸੀਰੀਜ਼ ਪੂਰੀ ਕਰੀ ਜਾਣੀ ਹੈਗੀ 1, 2, 3।
टू आ गया, टू थ्री वन, फिर अगे थ्री, खत्म हो गई सीरीज, फिर दोबारा वन टू, ठीक है, बाहर एक्स वाले सारे, अंदर वाई वाले, माइनस पाके। सो ए है फॉर्मूला त्रिभुज के खेत्रफल का। सो इन्हां च जिहड़े आपां बिंदू लिखे ने एक्स वन एक्स टू एक्स थ्री वाई वन वाई टू वाई थ्री, इन्हां दे मुल भरी जाने नेगे तुसीं, ठीक है जी, उन्हां दी जगह ते ते इहनूं हल कर लेना हैगा। सो सारे मुल्ले तुसीं आप भर के देखियो, बड़ा सिंपल हैगा, कोई ज़्यादा इहदे च हुण कॉम्प्लीकेटड गल है नहीं गी। एक्स वन की जगह पर एक्स वन, टू की जगह पर टू, थ्री की जगह पर थ्री लिखना है, वाई वन वाई टू वाई थ्री वैल्यूज भरनिया ने। सो हल करके थोड़े को आजगा एक बटा दो गुणा अड़ताली, तो यह कट गया जी, चौबी आ गया। नाल लिखना है वर्ग इकाइया, क्योंकि खेत्रफल वर्गों के होंगे है, ठीक। सो वर्ग इकाइया, सो ये सके एक एक अंक वाले सवाल। हुण अगे साढ़े को आते हैं चार चार अंक वाले सवाल। सो चार चार अंकों के सवाल अपने वीकली टैसट के भी आया सी। सो वाई का वो मुल पता करो जिस लई बिंदुआ पी दो माइनस तीन क्यू दस वाई विचकारली दूरी दस इकाइया है, इतने दूरी आना सी, इकाई विचकारली दूरी दस इकाइया है, तो दोनों बिंदु आप लिख ले पी क्यू, ठीक है जी। उमें जिमें असी एक्स वन वाई वन एक्स टू वाई टू लिख लेना, यह साडा एक्स वन है, यह साडा वाई वन, यह साडा एक्स टू, यह साडा वाई टू। हुण प्रश्न अनुसार इन्हां दे विचली जिहड़ी दूरी है वह किन्नी है, दस इकाइया, तो यह जिहड़े दो बिंदु ने इन्हां ते असीं दूरी सूत्र ला के इन्हां दी दूरी लिखांगे, एक्स टू माइनस एक्स वन पावर दो, वाई टू माइनस वाई वन पावर दो, सारे दे उत्ते वर्गमूल, दूरी है किन्नी दस, बराबर दस लिखता। तो हुण एक्स टू एक्स वन वाई टू वाई वन इन्हां दीआं वैल्यूज़ असीं लिखियां नेगियां, एक्स टू दस, एक्स वन दो है, वाई टू वाई है, वाई वन तीन है, माइनस तीन, इहनूं हल करके ये साडे कोल रह गया जी अठ, यह माइनस ते माइनस प्लस हो जाएंगे, वाई प्लस तीन पावर दो, ये 64 बन गया, अठ नूं अठ नाल गुणा करे ते इहदे ते ए प्लस बी की पावर दो वाला फॉर्मूला असीं लावांगे, ए की पावर दो यानी कि वाई की पावर दो आजूगी, फिर बी की पावर दो मतलब तीन की पावर दो नौ आजू, फिर आऊगा दो ए बी यानी कि दो गुणा वाई दो वाई, फिर गुणा तीन यानी कि छे वाई बराबर दस, दोनों पासे असी वर्ग कर लाँगे, वर्ग के नाल आ वर्ग मूल खत्म हो जूगा, ये बच जूगा, यह इधरले पासे दस का वर्ग करांगे तो सौ आजूगा, दस में दस ना गुणा करे तो ये 64 ते 9 असी जोड़ ले 73 बन गए, ये जिहड़ा 100 है खब्बे पासे आके माइनस हो गया, बराबर रह गई 0, 73 चो 100 घटावांगे माइनस दे 27 बचणगे। सो साडे कोल इह एक दो घाती समीकरण बन गई, वाई की पावर दो प्लस छे वाई माइनस 27 बराबर 0। हुण असी की करना है, ये मूहरे की है जी एक, तो एक नूं इहदे नाल गुणा कीती ये बन गया जी माइनस 27, बचाले की है 6 प्लस दा, ਤਾਂ ਅਸੀਂ ਦੋ ਅੱਖਰ ਇਹੋ ਜਿਹੇ ਸੋਚਣੇ ਨੇ ਗਿਣਤੀ ਦੇ ਜਿਹੜੇ ਜਿਨ੍ਹਾਂ ਨੂੰ ਗੁਣਾ ਕਰੇ ਤਾਂ 27 ਆਵੇ, ਜੋੜ ਕੇ ਜਾਂ ਘਟਾ ਕੇ 6 ਆਵੇ, ਤਾਂ ਉਹ ਹੈਗੇ ਨੇ 9 ਅਤੇ 3, ਗੁਣਾ ਕਰੇ ਤਾਂ ਆਉਂਦਾ 27, ਘਟਾਏ ਤਾਂ ਆਉਂਦਾ ਇਹਨਾਂ ਨੂੰ 6, ਤਾਂ ਵਿਚਕਾਰਲੇ ਪਦ ਨੂੰ ਅਸੀਂ ਉਵੇਂ ਲਿਖ ਲੈਣਾ 9 ਵਾਈ ਘਟਾਓ 3 ਵਾਈ ਮਾਈਨਸ 27 ਬਰਾਬਰ 0, ਤਾਂ ਇਹਦੇ 'ਚੋਂ ਦੋਨਾਂ 'ਚੋਂ ਵਾਈ ਸਾਂਝਾ, ਵਾਈ ਨਿਕਲਿਆ ਅੰਦਰ ਰਹਿ ਗਿਆ, ਵਾਈ ਪਲੱਸ 9 ਮਾਈਨਸ, ਇਹਨਾਂ ਦੇ ਵਿੱਚੋਂ ਜੀ 3 ਸਾਂਝਾ ਹੈਗਾ, ਮਾਈਨਸ 3 ਉਹ ਬਾਹਰ ਆ ਗਿਆ, ਅੰਦਰ ਰਹਿ ਗਿਆ ਵਾਈ ਪਲੱਸ 9,
ਬਰਾਬਰ 0। ਹੁਣ y ਪਲੱਸ 9 ਸਾਂਝਾ ਹੈਗਾ ਇਹਦੇ 'ਚ ਵੀ, ਇਹਦੇ 'ਚ ਵੀ, ਇਹਨੂੰ ਅਸੀਂ ਬਾਹਰ ਕੱਢ ਲਿਆ, ਅੰਦਰ ਰਹਿ ਗਿਆ y ਮਾਈਨਸ 3। ਤਾਂ ਜੇ ਅਸੀਂ ਇਸ ਨੂੰ 0 ਦੇ ਬਰਾਬਰ ਰੱਖਦੇ ਹਾਂ ਤਾਂ ਸਾਡੇ ਕੋਲ y ਆਉਂਦਾ 3, ਜੇ ਅਸੀਂ ਇਸ ਭਾਗ ਨੂੰ 0 ਦੇ ਬਰਾਬਰ ਰੱਖਦੇ ਹਾਂ ਤਾਂ y ਸਾਡੇ ਕੋਲ ਆਉਂਦਾ ਮਾਈਨਸ 9। ਤਾਂ ਸਾਡੇ ਕੋਲ ਦੋ ਮੁੱਲ ਆ ਗਏ y ਦੇ, y ਬਰਾਬਰ 3 ਅਤੇ y ਬਰਾਬਰ ਮਾਈਨਸ 9। ਜੇ ਤੁਸੀਂ ਇਹਨਾਂ ਨੂੰ ਇੱਥੇ ਭਰ ਕੇ ਦੇਖੋ ਦੋਨੇ ਮੁੱਲਾਂ ਨੂੰ, ਤਾਂ ਜਵਾਬ ਤੁਹਾਡੇ ਕੋਲ 10 ਆਊਗਾ। ਸੋ ਅਗਲਾ ਸਵਾਲ ਹੈ, ਐਕਸ ਧੁਰੇ 'ਤੇ ਉਹ ਬਿੰਦੂ ਪਤਾ ਕਰੋ ਜੋ ਬਿੰਦੂਆਂ 2 ਮਾਈਨਸ 5 ਅਤੇ ਮਾਈਨਸ 2 9 ਤੋਂ ਬਰਾਬਰ ਦੂਰੀ 'ਤੇ ਹੈ। ਐਕਸ ਧੁਰੇ 'ਤੇ ਬਿੰਦੂ ਹੈ ਤਾਂ ਪਹਿਲਾਂ ਅਸੀਂ ਬਿੰਦੂ ਲਿਖ ਲਏ ਦੋਨੇ, 2 ਮਾਈਨਸ 5 ਅਤੇ ਮਾਈਨਸ 2 9। ਐਕਸ ਧੁਰੇ 'ਤੇ ਕੋਈ ਵੀ ਬਿੰਦੂ ਹੋਊਗਾ ਉਹਦੇ ਨਿਰਦੇਸ਼ ਅੰਕ ਕੀ ਹੋਣਗੇ, ਵਾਈ ਵਾਲਾ ਹਿੱਸਾ ਉਹਦਾ 0 ਹੋਊਗਾ, ਇੱਥੇ ਅਸੀਂ ਐਕਸ ਮੰਨ ਲਿਆ। ਸੋ ਇਸ ਤਰ੍ਹਾਂ ਦੇ ਉਹਦੇ ਨਿਰਦੇਸ਼ ਅੰਕ ਹੋਣਗੇ, ਉਰੇ ਕੋਈ ਅੰਕ ਹੋਊਗਾ, ਇੱਥੇ ਵੈਸੇ ਤਾਂ 0 ਵੀ ਅੰਕ ਹੀ ਹੈ। ਸੋ ਇੱਥੇ ਮਤਲਬ ਕੋਈ ਨੋਨ ਜ਼ੀਰੋ ਨੰਬਰ ਹੋਊਗਾ ਅਤੇ ਇੱਥੇ ਇੱਕ 0 ਹੋਊਗੀ। ਸੋ ਹੁਣ ਪ੍ਰਸ਼ਨ ਦੇ ਅਨੁਸਾਰ ਇਹ ਜਿਹੜਾ ਬਿੰਦੂ ਹੈ ਐਕਸ ਧੁਰੇ ਦੇ ਉੱਤੇ, ਇਹ ਇਹਨਾਂ ਦੋਨਾਂ ਤੋਂ ਬਰਾਬਰੀ ਦੂਰੀ 'ਤੇ ਹੈ, ਦੋਨਾਂ ਤੋਂ ਇਹਦੀ ਦੂਰੀ ਬਰਾਬਰ ਹੈ। ਤਾਂ ਇਸ ਬਿੰਦੂ ਤੋਂ ਅਸੀਂ ਦੋਨਾਂ 'ਚ ਦੂਰੀ ਕੱਢ ਲਾਂਗੇ, ਪਹਿਲਾਂ ਇਹਦੀ ਕੱਢਾਂਗੇ, ਇਹਦੇ ਨਾਲ ਦੂਰੀ ਦੇਖੋ ਐਕਸ ਮਾਈਨਸ 2 ਉਹਦੀ ਪਾਵਰ 2 ਪਲੱਸ ਫਿਰ 0, ਅੱਛਾ ਉਲਟ ਹੋ ਗਿਆ, ਚਲੋ 0 ਮਾਈਨਸ 5 ਇਹ ਪਲੱਸ ਬਣ ਜੂਗਾ। ਜਦੋਂ ਅਸੀਂ 0 ਮਾਈਨਸ ਮਾਈਨਸ 5 ਕਰਾਂਗੇ ਤਾਂ ਮਾਈਨਸ ਮਾਈਨਸ ਪਲੱਸ ਹੋ ਜੂਗਾ, ਪਾਵਰ 2। ਇਸ ਤਰ੍ਹਾਂ ਹੀ ਇੱਧਰ ਇਹ ਸਾਡੇ ਕੋਲ ਆ ਗਿਆ ਐਕਸ ਮਾਈਨਸ ਮਾਈਨਸ 2, ਇੱਧਰ ਆ ਗਿਆ 0 ਮਾਈਨਸ 9। ਸੋ ਅਸੀਂ ਇਸ ਬਿੰਦੂ ਤੋਂ ਇਹਨਾਂ ਦੋਨਾਂ ਦੀ ਦੂਰੀ ਕੱਢ ਲਈ, ਪਹਿਲਾਂ ਇਹਦੀ ਕੱਢੀ ਫਿਰ ਇਹਦੀ ਕੱਢੀ, ਉਹੀ ਸੂਤਰ ਲਾ ਕੇ ਦੂਰੀ ਸੂਤਰ ਵਾਲਾ ਐਕਸ 2 ਮਾਈਨਸ ਐਕਸ 1 ਵਾਲਾ। ਤਾਂ ਦੋਨੇ ਦੂਰੀਆਂ ਪ੍ਰਸ਼ਨ ਦੇ ਅਨੁਸਾਰ ਕੀ ਨੇ, ਬਰਾਬਰ ਹੋਣੀਆਂ ਚਾਹੀਦੀਆਂ ਨੇ, ਤਾਂ ਅਸੀਂ ਬਰਾਬਰ ਰੱਖ ਲਿਆ ਇਹਨਾਂ ਨੂੰ। ਇਸ ਨੂੰ ਅਸੀਂ ਏ ਮਾਈਨਸ ਬੀ ਦਾ ਫਾਰਮੂਲਾ ਲਾਵਾਂਗੇ, ਪਾਵਰ 2 ਵਾਲਾ ਹੱਲ ਕੀਤਾ, ਐਕਸ ਦੀ ਪਾਵਰ 2 ਮਾਈਨਸ 4 ਐਕਸ ਪਲੱਸ 4, ਇਹ ਆ ਗਿਆ ਸਾਡੇ ਕੋਲ 5 ਦੀ ਪਾਵਰ 2। ਐਵੇਂ ਜਿਵੇਂ ਇੱਥੇ ਏ ਮਾਈਨਸ ਅਤੇ ਏ ਮਾਈਨਸ ਪਲੱਸ ਹੋ ਜਾਣਗੇ ਤਾਂ ਐਕਸ ਪਲੱਸ 2 ਬਣ ਜੂਗਾ, ਤਾਂ ਇਹਦੇ ਏ ਪਲੱਸ ਬੀ ਦਾ ਫਾਰਮੂਲਾ ਲੱਗੂਗਾ, ਤਾਂ ਇਹ ਬਣ ਜੂਗਾ ਐਕਸ ਦੀ ਪਾਵਰ 2 ਪਲੱਸ 4 ਐਕਸ ਪਲੱਸ 4, ਇੱਧਰ ਸਾਡੇ ਕੋਲ 9 ਦੀ ਪਾਵਰ 2 ਆ ਜੂਗੀ। ਤਾਂ ਇਹਨੂੰ ਹੱਲ ਕੀਤਾ, ਇਹ ਸਾਡੇ ਕੋਲ 4, ਇਹ 25, ਇਹ 4 ਅਤੇ ਇਹ 81, ਦੋਨੇ ਪਾਸੇ ਵਰਗ ਕੀਤਾ, ਵਰਗ ਕਰਨ ਦੇ ਨਾਲ ਜਿਹੜਾ ਵਰਗ ਮੂਲ ਸੀ ਦੋਨੇ ਪਾਸੇ ਖਤਮ ਹੋ ਗਿਆ, ਤਾਂ ਐਕਸ ਦੀ ਪਾਵਰ 2 ਐਕਸ ਦੀ ਪਾਵਰ 2 ਕੈਂਸਲ ਹੋ ਗਈ, ਆਹ 4 ਅਸੀਂ ਇੱਧਰ ਖੱਬੇ ਪਾਸੇ ਲਿਆਂਦਾ ਮਾਈਨਸ ਹੋ ਗਿਆ, ਅਤੇ ਆਹ ਜਿਹੜਾ 29 ਸੀਗਾ ਇੱਧਰ ਸੱਜੇ ਪਾਸੇ ਲੈ ਗਏ, ਇਹ ਪਲੱਸ ਹੋ ਇੱਧਰ ਜਾ ਕੇ ਮਾਈਨਸ ਹੋ ਗਿਆ, ਇਹ ਬਣ ਗਿਆ ਮਾਈਨਸ 8 ਐਕਸ, ਇਹ ਘਟਾ ਕੇ ਆ ਗਿਆ 56, ਭਾਗ ਕੀਤਾ 56 ਨੂੰ ਮਾਈਨਸ 8 ਦੇ ਨਾਲ, ਐਕਸ ਆ ਗਿਆ ਮਾਈਨਸ 7। ਤਾਂ ਐਕਸ ਧੁਰੇ 'ਤੇ ਜਿਹੜਾ ਬਿੰਦੂ ਸੀਗਾ ਉਹਦੇ ਨਿਰਦੇਸ਼ ਅੰਕ ਆ ਗਏ ਮਾਈਨਸ 7 ਅਤੇ 0। ਹੁਣ
ਪੇਜ 177 ਦੇ ਉੱਤੇ ਤੁਸੀਂ ਉਦਾਹਰਣ ਨੰਬਰ 5 ਹੱਲ ਕਰਕੇ ਦੇਖਣੀ ਹੈਗੀ। ਉਹਦੇ 'ਚ ਕੀ ਹੈ, ਉਹਦੇ 'ਚ ਕਿਹਾ ਹੋਇਆ ਵਾਈ ਧੁਰੇ 'ਤੇ ਬਿੰਦੂ ਪਤਾ ਕਰੋ। ਤਾਂ ਉਹ ਵਾਈ ਧੁਰੇ 'ਤੇ ਬਿੰਦੂ ਕਿਹੋ ਜਿਹਾ ਹੋਊਗਾ, ਉਹ ਹੋਊਗਾ 0, y। ਉਹਦੇ ਵਿੱਚ ਐਕਸ ਵਾਲਾ ਭਾਗ ਹਮੇਸ਼ਾ ਕੀ ਹੋਊਗਾ, 0 ਹੋਊਗਾ। ਤਾਂ ਇਹ ਉਦਾਹਰਣ ਤੁਸੀਂ ਆਪ ਕਰਕੇ ਦੇਖਣੀ ਹੈਗੀ, ਬਿਲਕੁਲ ਇਹਦੇ ਨਾਲ ਦੀ ਹੈ, ਇਸੇ ਮੈਥਡ ਦੇ ਨਾਲ ਕਰਨੀ ਹੈ। ਬਸ ਫਰਕ ਕੀ ਹੈ, ਬਿੰਦੂ ਹੈ ਜਿਹੜਾ ਉਹ ਕੀ ਹੈ, 0, y ਹੈ। ਬਾਕੀ ਆਹੀ ਦੂਰੀ ਸੂਤਰ ਲਾ ਕੇ ਦੋਨੇ ਬਰਾਬਰ ਰੱਖ ਕੇ ਅਸੀਂ ਹੱਲ ਕਰਨਾ ਹੈਗਾ। ਓਕੇ, ਉਸ ਤੋਂ ਬਾਅਦ ਅਗਲਾ ਸਵਾਲ ਸਾਡੇ ਕੋਲ ਹੈ, ਉਸ ਬਿੰਦੂ ਦੇ ਨਿਰਦੇਸ਼ ਅੰਕ ਪਤਾ ਕਰੋ ਜੋ ਬਿੰਦੂਆਂ -1, 7 ਅਤੇ 4, -3 ਨੂੰ ਮਿਲਾਉਣ ਵਾਲੇ ਰੇਖਾਖੰਡ ਨੂੰ 2:3 ਦੇ ਅਨੁਪਾਤ ਵਿੱਚ ਵੰਡਦਾ ਹੈ। ਸੋ ਇਹ ਬਹੁਤ ਬਾਰ ਕੀਤਾ ਹੋਇਆ ਸਵਾਲ ਹੈ ਆਪਣਾ। ਸੋ ਦੋਨੇ ਬਿੰਦੂ ਲਿਖ ਲਏ, -1, 7, 4, -3। ਫਿਰ x1, y1 ਲਿਖ ਲਏ ਜੀ ਅਸੀਂ, ਇਹ ਸਾਡਾ x1, ਇਹ ਸਾਡਾ y1। ਫਿਰ x2, y2 ਲਿਖ ਲਏ, ਸਾਡਾ x2, ਇਹ ਸਾਡਾ y2। ਫਿਰ m1 ਅਤੇ m2, ਇਹ ਕੀ ਨੇ, ਅਨੁਪਾਤ ਨੇ ਗੇ, ਪਹਿਲਾ ਅਨੁਪਾਤ ਅਤੇ ਦੂਜਾ ਅਨੁਪਾਤ, ਪਹਿਲਾ ਹਿੱਸਾ ਅਨੁਪਾਤ ਦਾ ਅਤੇ ਦੂਸਰਾ ਹਿੱਸਾ। ਨਿਰਦੇਸ਼ ਅੰਕ ਕੱਢਣ ਦੇ ਲਈ ਵਿਭਾਜਨ ਸੂਤਰ ਲਾਇਆ ਅਸੀਂ, m1 x2 m2 x1 + m2 x1 / m1 m2 ਦਾ ਜੋੜ, ਇੱਧਰ m1 y2 + m2 y1, ਥੱਲੇ m1 m2 ਦਾ ਜੋੜ। ਹਾਂਜੀ, m1 ਅਤੇ m2 ਪਹਿਲਾਂ ਲਿਖ ਲਾਂਗੇ ਅਸੀਂ, ਦੇਖੋ 2 ਅਤੇ 3, ਥੱਲੇ 2 ਅਤੇ 3 ਦਾ ਜੋੜ ਕਰ ਲਿਆ, ਇੱਧਰ ਵੀ m1 m2 ਪਹਿਲਾਂ ਲਿਖ ਲਓ, 2 ਅਤੇ 3, ਥੱਲੇ m1 m2 ਦਾ ਜੋੜ ਕਰ ਲਓ। ਠੀਕ, ਫਿਰ ਅੱਗੇ ਲਿਖਾਂਗੇ x2 x1, ਇਹਦੇ ਨਾਲ ਗੁਣਾ ਕਰਾਂਗੇ। x2 ਹੈਗਾ 4, 4 ਨਾਲ ਗੁਣਾ ਕਰਤੀ। ਫਿਰ m1 ਹੈਗਾ -1, -1 ਨਾਲ ਗੁਣਾ ਕਰਤੀ। ਇੱਧਰ y2 ਲਿਖਣਾ ਹੈ, y2 ਹੈਗਾ -3, -3 ਨਾਲ ਗੁਣਾ ਕਰਤੀ। ਫਿਰ ਹੈ y1, y1 ਹੈਗਾ 7, 7 ਨਾਲ ਗੁਣਾ ਕਰਤੀ। ਹੱਲ ਕੀਤਾ, ਇਹ ਆ ਗਿਆ 8, ਇਹ -3, ਇੱਧਰ ਆ ਗਿਆ -6, ਇਹ ਆ ਗਿਆ 21। ਸੋ ਇਹਨਾਂ ਨੂੰ ਘਟਾਇਆ 5/5, ਇਹ ਰਹਿ ਗਿਆ 15/5। ਨਿਰਦੇਸ਼ ਅੰਕ ਆ ਗਏ ਇਹਨੂੰ ਕੱਟ ਕੇ, 1, 3, ਇਹ ਕੱਟ ਗਿਆ ਇੱਥੇ, 5 × 3 = 15, ਸੋ 1, 3। ਸੋ ਇਹ ਨਿਰਦੇਸ਼ ਅੰਕ ਸਾਨੂੰ ਪਤਾ ਲੱਗ ਗਏ। ਅਗਲਾ ਸਵਾਲ ਹੈ, ਬਿੰਦੂਆਂ a, 1, -5 ਅਤੇ b, -4, 5 ਨੂੰ ਮਿਲਾਉਣ ਵਾਲੇ ਰੇਖਾਖੰਡ ਨੂੰ ਐਕਸ ਧੁਰਾ ਕਿਸ ਅਨੁਪਾਤ ਵਿੱਚ ਵੰਡਦਾ ਹੈ, ਇਸ ਬਿੰਦੂ ਦੇ ਨਿਰਦੇਸ਼ ਅੰਕ ਵੀ ਪਤਾ ਕਰੋ। ਤਾਂ ਅਸੀਂ ਮੰਨ ਲਿਆ ਕਿ ਅਨੁਪਾਤ ਹੈਗਾ k/1, ਐਕਸ ਧੁਰੇ 'ਤੇ ਬਿੰਦੂ ਕਿਹੋ ਜਿਹਾ ਹੋਊਗਾ, x, 0, ਅਸੀਂ ਪਹਿਲਾਂ ਵੀ ਲਿਖ ਚੁੱਕੇ ਹਾਂ ਇਹ। ਹੁਣ ਬਿੰਦੂਆਂ ਦੇ ਅਸੀਂ x1, y1, x2, y2 ਵਗੈਰਾ ਜਿਹੜੇ ਨੇ ਉਹ ਲਿਖਣੇ ਨੇ। ਇਹ ਏ ਬਿੰਦੂ ਹੈ, ਇਹ ਬੀ ਬਿੰਦੂ ਹੈ, ਇਹਦਾ x1, ਇਹ y1, ਇਹ x2, ਇਹ y2। ਅਨੁਪਾਤ ਕੀ ਹੈ, k/1। ਬਿੰਦੂ ਦੇ ਨਿਰਦੇਸ਼ ਅੰਕ ਕਿਸ ਤਰ੍ਹਾਂ ਦੇ ਨੇ ਸਾਨੂੰ ਪਹਿਲਾਂ ਪਤਾ, ਇੱਧਰ ਐਕਸ ਹੈ, ਇੱਧਰ 0 ਹੈ। ਅਤੇ ਨਿਰਦੇਸ਼ ਅੰਕ ਕੱਢਣ ਦਾ ਸੂਤਰ ਕੀ ਹੋਊਗਾ, ਉਹੀ m1 m2, ਦੇਖੋ m1 m2, ਇੱਧਰ ਵੀ m1 m2 m1 m2, ਨਾਲ ਕੀ ਲਿਖਣਾ ਇਹਨਾਂ ਦੇ, x2 x1, ਇੱਧਰ ਲਿਖਣਾ y2 y1। ਤਾਂ ਉਹ ਅਸੀਂ ਇੱਥੋਂ ਦੇਖ ਕੇ ਲਿਖ ਲੈਣਾ ਹੈਗਾ, ਦੇਖੋ x2 -4, x1 1, ਇੱਧਰ y2 5, y1 -5।
ਹੁਣ ਅਸੀਂ ਕੇ ਦਾ ਮੁੱਲ ਕੱਢਣਾ ਹੈਗਾ ਤਾਂ ਸਾਨੂੰ ਇੱਧਰਲੇ ਪਾਸੇ ਪਤਾ ਵੀ ਦੇਖੋ ਵਾਈ ਨਿਰਦੇਸ਼ ਅੰਕ ਕੀ ਹੈ, ਜ਼ੀਰੋ ਹੈ, ਤਾਂ ਇੱਧਰਲੇ ਪਾਸੇ ਇਹਨੂੰ ਹੱਲ ਕਰਕੇ ਵੀ ਜ਼ੀਰੋ ਆਉਣਾ ਚਾਹੀਦਾ। ਤਾਂ ਫਿਰ ਅਸੀਂ ਕੀ ਕੀਤਾ, ਇਸ ਨੂੰ ਇਹ ਬਣ ਗਿਆ 5K, ਇਹ ਬਣ ਗਿਆ ਮਾਈਨਸ 5। ਤਾਂ 5K ਮਾਈਨਸ 5 ਬਟੇ ਕੇ ਪਲੱਸ 1 ਨੂੰ ਅਸੀਂ ਜ਼ੀਰੋ ਦੇ ਬਰਾਬਰ ਰੱਖਤਾ, ਤਾਂ ਆਹ ਥੱਲੇ ਵਾਲਾ ਹਿੱਸਾ ਤਾਂ ਜ਼ੀਰੋ ਹੋ ਨਹੀਂ ਸਕਦਾ, ਸੋ ਉੱਪਰ ਵਾਲਾ ਜ਼ੀਰੋ ਹੋਊਗਾ। 5K ਮਾਈਨਸ 5 ਬਰਾਬਰ 0, ਸੋ 5 ਉੱਧਰ ਚਲਿਆ ਗਿਆ, ਪਲੱਸ ਹੋ ਗਿਆ, ਕੇ ਆ ਗਿਆ 5/5 ਬਰਾਬਰ 1। ਸੋ ਅਨੁਪਾਤ ਕੀ ਆ ਗਿਆ, 1:1, ਕਿਉਂਕਿ ਅਸੀਂ ਅਨੁਪਾਤ ਮੰਨਿਆ ਸੀ ਕੇ 1:1, ਤਾਂ ਕੇ ਦੀ ਵੈਲਿਊ ਕਿੰਨੀ ਆ ਗਈ, 1। ਸੋ ਅਨੁਪਾਤ ਬਣ ਗਿਆ ਕੇ 1:1। ਹੁਣ ਉਹਨਾਂ ਨੇ ਕਿਹਾ ਸੀ ਕਿ ਉਸ ਬਿੰਦੂ ਦੇ ਨਿਰਦੇਸ਼ ਅੰਕ ਵੀ ਕੱਢਣੇ ਨੇ, ਤਾਂ ਨਿਰਦੇਸ਼ ਅੰਕ ਅਸੀਂ ਪਹਿਲਾਂ ਇੱਥੇ ਲਿਖ ਲੈਂਦੇ ਹਾਂ ਕਿ ਦੇਖੋ ਉੱਪਰ ਲਿਖੇ ਹੋਏ ਸੀਗੇ, ਤਾਂ ਇੱਥੇ ਬਸ ਕੀ ਕੀਤਾ ਸੀ, ਕੇ ਦਾ ਮੁੱਲ ਭਰਿਆ ਹੈਗਾ ਉੱਪਰਲੇ ਸਟੈਪ 'ਚ ਜਿੱਥੇ ਅਸੀਂ ਨਿਰਦੇਸ਼ ਅੰਕ ਲਿਖੇ ਸੀ, ਕੇ ਦਾ ਮੁੱਲ ਕਿੰਨਾ ਆ ਗਿਆ, 1 ਆ ਗਿਆ। ਤਾਂ ਅਸੀਂ ਬਸ ਇੱਥੇ ਕੇ ਦੀ ਜਗ੍ਹਾ 'ਤੇ 1 ਲਿਖਿਆ ਸਾਰੇ ਕਿਤੇ ਥੱਲੇ ਵੀ, ਤਾਂ ਹੱਲ ਕੀਤਾ -4+1/2, ਇੱਥੇ ਤਾਂ 0 ਹੀ ਆਉਣੀ ਹੈ, ਠੀਕ ਹੈ, ਸੋ 0 ਸਿੱਧਾ ਲਿਖ ਲਿਆ ਆਪਾਂ, ਕਿਉਂਕਿ ਦੂਸਰਾ ਅੰਕ ਤਾਂ 0 ਹੀ ਆਊਗਾ। ਸੋ ਇਹ ਕੀ ਆ ਗਿਆ, -3/2, ਸੋ ਐਕਸ ਦੀ ਵੈਲਿਊ ਕੀ ਆ ਗਈ, -3/2, ਸੋ ਨਿਰਦੇਸ਼ ਅੰਕ ਸਾਨੂੰ ਪਤਾ ਲੱਗ ਗਿਆ ਉਹਦੇ, -3/2, 0। ਅੱਗੇ ਹੈ ਕੇ ਦਾ ਉਹ ਮੁੱਲ ਪਤਾ ਕਰਨਾ ਹੈ ਜਿਹਦੇ ਲਈ ਇਹ ਬਿੰਦੂ ਏ ਬੀ ਅਤੇ ਸੀ ਕੀ ਹੋਣ, ਸਮਰੇਖੀ ਹੋਣ। ਸਮਰੇਖੀ ਮਤਲਬ ਇੱਕੋ ਹੀ ਲਾਈਨ ਦੇ ਉੱਤੇ ਆਉਂਦੇ ਹੋਣ, ਤਾਂ ਜਦੋਂ ਬਿੰਦੂ ਸਮਰੇਖੀ ਹੋਣਗੇ ਤਾਂ ਇੱਕੋ ਹੀ ਲਾਈਨ 'ਤੇ ਬਣਨਗੇ, ਤਾਂ ਉਹਨਾਂ ਨਾਲ ਜਿਹੜੀ ਤ੍ਰਿਭੁਜ ਬਣੂਗੀ, ਵੈਸੇ ਤਾਂ ਤ੍ਰਿਭੁਜ ਬਣਨੀ ਨਹੀਂ, ਤਾਂ ਸਮਰੇਖੀ ਬਿੰਦੂਆਂ ਤੋਂ ਬਣਨ ਵਾਲੀ ਤ੍ਰਿਭੁਜ ਦਾ ਖੇਤਰਫਲ ਕੀ ਹੋਊਗਾ, 0 ਹੋਊਗਾ। ਕਿ ਜਦੋਂ ਅਸੀਂ ਬਿੰਦੂ ਇੱਕੋ ਹੀ ਲਾਈਨ 'ਤੇ ਲਾ ਦਾਂਗੇ ਤਾਂ ਤ੍ਰਿਭੁਜ ਉਹਨਾਂ ਤਿੰਨਾਂ ਬਿੰਦੂਆਂ ਦੇ ਵਿਚਾਲੇ ਜਿਹੜਾ ਖੇਤਰਫਲ ਹੋਊਗਾ ਉਹ ਕੀ ਹੋਊਗਾ, 0 ਹੋਊਗਾ। ਇਹਦਾ ਮਤਲਬ ਇਹ ਹੈ, ਸੋ ਸਮਰੇਖੀ ਬਿੰਦੂਆਂ ਤੋਂ ਬਣਨ ਵਾਲੇ ਤ੍ਰਿਭੁਜ ਦਾ ਖੇਤਰਫਲ 0 ਹੋਊਗਾ, ਇਹਨੂੰ ਅਸੀਂ ਐਂ ਲਿਖ ਸਕਦੇ ਹਾਂਗੇ। ਸੋ ਇੱਥੋਂ ਅਸੀਂ x1 x2, ਇਹ ਸਾਡਾ x1, ਇਹ ਸਾਡਾ x2, ਇਹ ਸਾਡਾ x3, ਇਹ ਅਸੀਂ ਲਿਖ ਲਏ। ਫਿਰ ਇਵੇਂ ਜਿਵੇਂ ਇਹ ਸਾਡਾ y1, ਇਹ y2, ਇਹ y3, ਇਹ ਅਸੀਂ ਲਿਖ ਲਏ। ਤਾਂ ਅਸੀਂ ਜਾਣਦੇ ਹਾਂ ਤ੍ਰਿਭੁਜ ਦਾ ਫਾਰਮੂਲਾ, ਖੇਤਰ ਦਾ, ਖੇਤਰਫਲ ਦਾ, ਪਹਿਲਾਂ ਵੀ ਲਿਖਿਆ ਹੈ, 1/2, ਇਹ ਅਸੀਂ ਲਿਖ ਲਾਂਗੇ x1 x2 x3, ਫਿਰ ਬ੍ਰੈਕਟ ਦੇ ਅੰਦਰ y ਵਾਲੇ ਭਾਗ, ਗਿਣਤੀ ਪੂਰੀ ਕਰਕੇ 1 2 3, ਦੇਖੋ 2 3, ਫਿਰ 1, ਫਿਰ 3 1 2। ਤਾਂ ਹੁਣ ਖੇਤਰਫਲ ਕੀ ਹੈ, 0 ਦੇ ਬਰਾਬਰ ਹੈ, ਇਸ ਕਰਕੇ ਅਸੀਂ ਸਾਰੇ ਮੁੱਲ ਭਰਤੇ। ਦੇਖੋ ਸਾਰਿਆਂ ਦੇ ਮੁੱਲ x1 x2 x3, y1 y2 y3, ਸਾਰਿਆਂ ਦੇ ਮੁੱਲ ਜਿਹੜੇ ਨੇ ਅਸੀਂ ਇੱਥੇ ਭਰਤੇ, ਠੀਕ। ਸਾਰਿਆਂ ਦੇ ਮੁੱਲ ਭਰ ਕੇ ਖੇਤਰਫਲ ਕਿੰਨਾ ਹੋਣਾ ਚਾਹੀਦਾ, 0। ਤਾਂ ਇਹਨੂੰ ਹੱਲ ਕਰ ਲਿਆ ਅਸੀਂ, ਇਹ ਮਾਈਨਸ ਮਾਈਨਸ ਪਲੱਸ ਹੋ ਗਏ, ਇਹ -6, ਇਹ 3-k। ਸੋ ਇਹ ਸਾਰੀਆਂ ਵੈਲਿਊਜ਼ ਨੇ ਜਿਹੜੀਆਂ ਉਹਨਾਂ ਨੂੰ ਹੱਲ ਕਰਕੇ ਸਾਡੇ ਕੋਲ ਇਹ ਬਣ ਗਿਆ 2k+6-24+18-6k=0 ਦੇ। ਤਾਂ ਹੁਣ 1/2 ਤਾਂ 0 ਨਹੀਂ ਹੋ ਸਕਦਾ, ਸੋ ਅੰਦਰਲਾ ਭਾਗ ਹੀ 0 ਹੋਊਗਾ। ਸੋ ਕੇ ਵਾਲਿਆਂ ਨੂੰ ਅਸੀਂ ਅਲੱਗ ਕਰ ਲਿਆ, 2k-6k, ਇਹ -4k ਆ ਗਿਆ, ਇੱਧਰ 24-24, 0 ਬਣ ਗਿਆ। ਸੋ -4k=0, ਸੋ ਕੇ ਕਿੰਨਾ ਆ ਗਿਆ, 0। ਸੋ ਕੇ ਦੀ 0 ਵੈਲਿਊ ਵਾਸਤੇ ਇਹ ਜਿਹੜੇ ਬਿੰਦੂ ਨੇ ਉਹ ਸਮਰੇਖੀ ਹੋਣਗੇ। ਉਸ ਤੋਂ ਬਾਅਦ ਸਾਡੇ ਕੋਲ ਅਗਲਾ ਜਿਹੜਾ ਸਵਾਲ ਹੈ,
ਬਿੰਦੂ ਏ ਦੇ ਨਿਰਦੇਸ਼ ਅੰਕ ਪਤਾ ਕਰੋ ਜਿੱਥੇ ਏ ਬੀ ਚੱਕਰ ਦਾ ਵਿਆਸ ਹੈ। ਇਸ ਦਾ ਕੇਂਦਰ 2.3 ਮਾਈਨਸ 3 ਹੈ ਅਤੇ ਬੀ ਦੇ ਨਿਰਦੇਸ਼ ਅੰਕ 1.4 ਹਨ। ਸੋ ਇਹ ਚੱਕਰ ਜਿਹੜਾ ਇਸ ਤਰ੍ਹਾਂ ਦਾ ਹੋਊਗਾ। ਉਹਦੇ ਕੇਂਦਰ ਦੇ ਨਿਰਦੇਸ਼ ਅੰਕ ਜਿਹੜੇ ਨੇ ਉਹ ਕੀ ਨੇ, 2.-3 ਨੇ। ਬੀ ਜਿਹੜੇ ਉਹਦੇ ਵਿਆਸ ਦੇ ਬਿੰਦੂ ਨੇ, ਸਿਰੇ ਨੇ, ਬੀ ਦੇ ਨਿਰਦੇਸ਼ ਅੰਕ ਹੈਗੇ ਨੇ 1.4। ਏ ਦੇ ਅਸੀਂ ਪਤਾ ਕਰਨੇ ਨੇ, ਅਸੀਂ ਮੰਨ ਲਏ ਵੀ ਉਹ ਨਿਰਦੇਸ਼ ਅੰਕ ਕੀ ਨੇ, x1 ਅਤੇ y1 ਨੇ। ਠੀਕ, ਤਾਂ ਸਾਨੂੰ ਇਹ ਪਤਾ ਹੈ ਵੀ ਜਿਹੜਾ ਚੱਕਰ ਦਾ ਕੇਂਦਰ ਹੁੰਦਾ ਉਹ ਵਿਆਸ ਦੇ 2 ਬਰਾਬਰ ਹਿੱਸੇ ਕਰ ਦਿੰਦਾ, ਉਹਦੇ ਕਿੰਨੇ ਕੀ ਕਰਦਾ, ਉਹਨੂੰ 2 ਬਰਾਬਰ ਹਿੱਸਿਆਂ 'ਚ ਵੰਡ ਦਿੰਦਾ। ਇਹਦਾ ਮਤਲਬ ਜਿਹੜਾ ਇਹ ਕੇਂਦਰ ਹੈ ਕੀ ਹੋਊਗਾ, ਇਸ ਲਾਈਨ ਦਾ ਮੱਧ ਬਿੰਦੂ ਹੋਊਗਾ। ਕੇਂਦਰ ਕੀ ਹੁੰਦਾ, ਵਿਆਸ ਦਾ ਮੱਧ ਬਿੰਦੂ ਹੁੰਦਾ। ਤਾਂ ਫਿਰ ਅਸੀਂ ਕੀ ਫਾਰਮੂਲਾ ਲਾਵਾਂਗੇ, ਮੱਧ ਬਿੰਦੂ ਦੇ ਨਿਰਦੇਸ਼ ਅੰਕਾਂ ਵਾਲਾ ਫਾਰਮੂਲਾ ਯੂਜ਼ ਕਰਾਂਗੇ। ਤਾਂ ਇਹ ਅਸੀਂ ਲਿਖ ਲਿਆ ਇੱਥੇ, ਮੱਧ ਬਿੰਦੂ ਦੇ ਨਿਰਦੇਸ਼ ਅੰਕ ਕੀ ਹੁੰਦੇ ਨੇ, x1+x2/2, y1+y2/2। ਤਾਂ ਆਹ ਸਾਡਾ x1 ਹੈ, ਆਹ ਸਾਡਾ x2 ਹੈ, ਇਹ ਸਾਡਾ y1 ਹੈ, ਇਹ ਸਾਡਾ y2 ਹੈ। ਤਾਂ ਅਸੀਂ ਇੱਥੇ ਲਿਖ ਲਿਆ ਵੀ ਮੱਧ ਬਿੰਦੂ ਦੇ ਨਿਰਦੇਸ਼ ਅੰਕ ਉਹ ਸਾਨੂੰ ਪਹਿਲਾਂ ਹੀ ਪਤਾ ਨੇ, ਉਹ ਇੱਧਰ ਲਿਖ ਲਿਆ ਅਸੀਂ 2-3, ਇੱਧਰਲੇ ਪਾਸੇ x1+x2/2, y1+y2/2। ਸੋ ਆਹ ਭਾਗ ਜਿਹੜਾ ਹੈ ਐਕਸ ਦਾ, ਇਹ ਕਿਹਦੇ ਬਰਾਬਰ ਹੋਣਾ ਚਾਹੀਦਾ, 2 ਦੇ, ਕਿਉਂਕਿ ਇਹ ਐਕਸ ਦਾ ਨਿਰਦੇਸ਼ ਅੰਕ ਹੈ। ਤਾਂ ਇਹਨੂੰ ਹੱਲ ਕੀਤਾ, ਗੁਣਾ ਕਰਕੇ 2 × 2 = 4, ਇੱਧਰ ਰਹਿ ਗਿਆ x+1, 1 ਘਟਾਤਾ ਇੱਧਰ, x1 ਕਿੰਨਾ ਆ ਗਿਆ, 3। ਫਿਰ ਇਹ ਵਾਈ ਨਿਰਦੇਸ਼ ਅੰਕ ਕਿਹਦੇ ਬਰਾਬਰ ਹੋਣਾ ਚਾਹੀਦਾ, -3 ਦੇ। ਸੋ ਇਹਨੂੰ -3 ਦੇ ਬਰਾਬਰ ਰੱਖ ਲਿਆ, ਇਹਨੂੰ ਇੱਧਰ ਗੁਣਾ ਕੀਤੀ, -6, ਇੱਧਰ ਰਹਿ ਗਿਆ y1+4। ਠੀਕ, ਇਹ 4 ਇੱਧਰ ਜਾ ਕੇ ਮਾਈਨਸ ਹੋ ਗਿਆ, ਆ ਗਿਆ -10। ਸੋ y1 ਕਿੰਨਾ ਆ ਗਿਆ, -10। ਸੋ ਨਿਰਦੇਸ਼ ਅੰਕ ਕੀ ਆ ਗਏ, ਐਕਸ ਦਾ ਨਿਰਦੇਸ਼ ਅੰਕ ਆ ਗਿਆ 3, ਵਾਈ ਦਾ ਆ ਗਿਆ -10। ਸੋ ਬਿੰਦੂ ਆ ਗਿਆ ਜੀ ਇਹ 3-10। ਸੋ ਇਹ ਸੀਗਾ 7ਵਾਂ ਅਭਿਆਸ। ਕੱਲ੍ਹ ਨੂੰ ਆਪਾਂ 11ਵੇਂ ਅਭਿਆਸ ਦੇ ਜਿਹੜੇ ਜ਼ਰੂਰੀ ਸਵਾਲ ਨੇ ਉਹਨਾਂ ਨੂੰ ਰਿਵਾਈਜ਼ ਕਰਾਂਗੇ। ਤਦ ਤੱਕ ਲਈ ਤੁਸੀਂ 7ਵੇਂ ਅਭਿਆਸ ਦੀ ਦੁਹਰਾਈ ਕਰੋ।